ਆਖੋ ਆਪਣੀ ਬਾਣੀ ਕਹਿ ਗਏ ਗੁਰੂ ਗ੍ਰੰਥ ਸਾਹਿਬ ਵੰਡ ਕੇ ਬਹਿ ਗਏ ਆਪੇ ਆਪਣੀ ਬਾਣੀ ਕਹਿ ਗਏ ਦੱਸ ਇਹਨਾਂ ਨੂੰ ਕੀ ਦਰਜਾ ਦਈਏ ਭੋਲੇ ਨੇ ਜਾਂ ਫਿਰ ਮੂਰਖ ਕਹੀਏ ਗੁਰੂ ਵੰਡ ਕੇ ਬਹਿ ਗਈ ਕੌਮ ਲਾਈਨਾਂ ਮੈਂ ਦੁਬਾਰਾ ਪੜ੍ਹਦਾ ਸੁਣੀ ਗੁਰੂ ਗ੍ਰੰਥ ਸਾਹਿਬ ਵੰਡ ਕੇ ਬਹਿ ਗਏ ਆਪੋ ਆਪਣੀ ਬਾਣੀ ਕਹਿ ਗਏ ਦੱਸ ਇਹਨਾਂ ਨੂੰ ਕੀ ਦਰਜਾ ਦਈਏ ਭੋਲੇ ਨੇ ਜਾਂ ਫਿਰ ਮੂਰਖ ਕਹੀਏ ਬਾਣੀ ਬਾਣੀ ਵੰਡਣ ਵਾਲੀ ਚੀਜ਼ ਥੋੜ੍ਹੀ ਹੈ ਜੇ ਕੋਈ ਕਵੇ ਕਿ ਇੰਨੇ ਅੰਗ ਸਾਡੇ ਹੈ ਇੰਨੇ ਅੰਗ ਸਾਡੇ ਹੈ ਇਹ ਤਾਂ ਪੜ੍ਹ ਕੇ ਮੰਨਣ ਵਾਲੀ ਇਹ ਤਾਂ ਪੜ੍ਹਨ ਵਾਲੀ ਤੇ ਪੜ੍ਹ ਕੇ ਮੰਨਣ ਵਾਲੀ ਤੇ ਮੰਨ ਕੇ ਆਪਦੀ ਜ਼ਿੰਦਗੀ ਚ ਢਾਲਣ ਵਾਲੀ ਸ਼ਾਇ ਹੈ ਜ਼ਿੰਦਗੀਆਂ ਸਵਰ ਜਾਣਗੀਆਂ ਇੱਥੇ ਮੇਰੇ ਵਰਗਾ ਮੂਰਖ ਫਸਿਆ ਪਿਆ ਮੂਰਖ ਫਸਿਆ ਪਿਆ ਇੱਕ ਪਿੰਡ ਚ ਗੁਰਦੁਆਰੇ ਪੁੱਛ ਲਓ ਕਿੰਨੇ ਆ ਚਾਰ ਗੁਰਦੁਆਰੇ ਆ ਜੀ ਪਿੰਡ ਚ ਕਾਹਤੇ ਇਹ ਚਾਰ ਗੁਰਦੁਆਰੇ ਕਿਉਂ ਹੈ ਉਹ ਕਹਿੰਦਾ ਜੀ ਇੱਕ ਜੱਟਾਂ ਦਾ ਹੈ ਇੱਕ ਮਜ਼ਹਬੀ ਸਿੱਖਾਂ ਦਾ ਹੈ ਇੱਕ ਚੁਮਿਆਰ ਭਾਈਚਾਰੇ ਦਾ ਹੈ ਤੇ ਇੱਕ ਇਤਿਹਾਸਕ ਹੈ ਉਹ ਕਹਿੰਦਾ ਚਾਰਾਂ ਚ ਲਿਖਿਆ ਨਹੀਂ ਕਿ ਮਾਨਸ ਕੀ ਜਾਤ ਸਭ ਇੱਕ ਪਹਿਚਾਣ ਵੋ ਉਹ ਤਾਂ ਕਹਿੰਦਾ ਇਹ ਜਾਤਾਂ ਪਾਤਾਂ ਕੰਮਾਂ ਦੇ ਹਿਸਾਬ ਨਾਲ ਬਣੀਆਂ ਕੋਈ ਚੰਮ ਦਾ ਕੰਮ ਕਰਨ ਵਾਲਾ ਚਮਿਆਰ ਹੈ ਲੋਹੇ ਦਾ ਕੰਮ ਕਰਨ ਵਾਲਾ ਲੁਹਾਰ ਹੈ ਕੋਈ ਸਿਆਉਣੇ ਦਾ ਕੰਮ ਕਰਨ ਵਾਲਾ ਸੁਨਿਆਰ ਹੈ ਕੋਈ ਮਾੜੀ ਮੋਟੀ ਜ਼ਮੀਨ ਜਾਇਦਾਦ ਵਾਲਾ ਜੱਟ ਜ਼ਿਮੀਦਾਰ ਹੈ ਇੱਥੇ ਵੱਡਾ ਛੋਟਾ ਕਿਹਨੇ ਆਖਿਆ ਸੀ ਇਹ ਕਿਹਨੇ ਕਿਹਾ ਸੀ ਕਿ ਭਾਈ ਜੱਟ ਵੱਡਾ ਹੈ ਤੇ ਚਮਿਆਰ ਛੋਟਾ ਹੈ ਕਿੱਥੇ ਲਿਖਿਆ ਕਿੱਥੇ ਲਿਖਿਆ ਕਿੱਥੇ ਨੇ ਉਹ ਬੰਦੇ ਜਿਨ੍ਹਾਂ ਨੂੰ ਬੰਦਿਆਂ ਚੋਂ ਰੱਬ ਦਿਸਦਾ ਹੈ ਕੋਈ ਵੇਖਣ ਵਾਲਾ ਹੋਵੇ ਇੱਥੇ ਸਭ ਦਿਸਦਾ ਹੈ ਕਿੱਥੇ ਨੇ ਉਹ ਬੰਦੇ ਇੱਥੇ ਬਾਬਾ ਇੱਥੇ ਜਿਹੜੀ ਆ ਗੇਮ ਚੱਲ ਰਹੀ ਆ ਨਾ ਇੱਕ ਆ ਗਾਉਣ ਵਾਲਿਆਂ ਨੇ ਬੇੜਾ ਗਰਕ ਕੀਤਾ ਕਿ ਜੱਟ ਆਏ ਹੈ ਜੱਟ ਆਏ ਹੈ ਜੱਟ ਫਾਇਰ ਕਰਦਾ ਹੈ ਜੱਟ ਲੰਡੀ ਜੀਪ ਰੱਖਦਾ ਹੈ ਜੱਟ ਕੁੰਡੀ ਮੁੱਛ ਰੱਖਦਾ ਹੈ ਜੱਟ ਫਲਾਨਾ ਤੇ ਹੁਣ ਇਹ ਵੀ ਗਾਓ ਕਿ ਜੱਟ ਫਾਹੇ ਲੈਂਦਾ ਤਾੜੀ ਮਾਰ ਲਓ ਕੂਕ ਨਹੀਂ ਮਸਲਾ ਹੈ ਜਿੰਨਾ ਚਿਰ ਬੰਦੇ ਨੂੰ ਬੰਦਾ ਹੀ ਨਹੀਂ ਦਿਸਣ ਲੱਗਿਆ ਬੰਦਗੀ ਸਵਾਹ ਕਰਨੀ ਹੈ ਇਹ ਤਾਂ ਕੋਈ ਮੇਰਾ ਕੋਈ ਚਮਿਆਰ ਭਾਈ ਕੋਈ ਭੁੱਲ ਕੇ ਕਿਸੇ ਗਲਤ ਪਾਸੇ ਜਾਂਦਾ ਹੈ ਉਹਨੂੰ ਖੜਾ ਕੇ ਪਿਆਰ ਨਾ ਕਹਿ ਕਿ ਜਾ ਕੇ ਗੁਰੂ ਸਾਹਿਬ ਦੀ ਬਾਣੀ ਪੜ੍ਹ ਲੈ ਕਿਉਂ ਉਹ ਯਾਰ ਉਹਦੇ ਚ ਭਗਤ ਰਵਿਦਾਸ ਦੀ ਬਾਣੀ ਹੈ ਉਹਨਾਂ ਦੀ ਜਾਤ ਵਿੱਚ ਚਮਿਆਰ ਸੀ ਤੂੰ ਭਗਤ ਰਵਿਦਾਸ ਦਾ ਪੁੱਤ ਹੈ ਭੱਜਿਆ ਜਾਊ ਭੱਜਿਆ ਜਾਊ ਕਿ ਮੇਰੇ ਪਿਓ ਦੀ ਬਾਣੀ ਰੌਲਾ ਉੱਥੇ ਪੈਂਦਾ ਜਦੋਂ ਜੱਟ ਕਹਿੰਦਾ ਕਿ ਮੈਂ ਚਮਿਆਰ ਦੇ ਹੱਥੋਂ ਦੇਗ ਨਹੀਂ ਲੈਣੀ ਮੈਂ ਦੇਗ ਨਹੀਂ ਲੈਣੀ ਉਹ ਮੂਰਖਾ ਕੋਈ ਮੇਰਾ ਜਲਾਹਾ ਭਾਈ ਜਾਂਦਾ ਕਿਸੇ ਗਲਤ ਪਾਸੇ ਉਹਨੂੰ ਕਹਿ ਜਾ ਕੇ ਫਰੋਲ 1430 ਅੰਗਾਂ ਨੂੰ ਭਗਤ ਕਬੀਰ ਹੋਰਾਂ ਦੀ ਬਾਣੀ ਆ ਕੌਣ ਆ ਉਹ ਤੇਰਾ ਬਾਪ ਹੈ ਮੇਰੇ ਬਾਪ ਦੀ ਬਾਣੀ ਭੱਜਿਆ ਜਾਊ ਟਾਈਮ ਨਹੀਂ ਲੱਗਣਾ ਇਕੱਠੇ ਆਉਣ ਨੂੰ ਇਹ ਖੇਰੂ ਖੇਰੂ ਹੋਏ ਪਏ ਹੈ ਸਾਡੀ ਮੂਰਖਤਾ ਕਰਕੇ ਹੋਏ ਪਏ ਹੈ ਕਿ ਇੱਥੇ ਬੰਦਾ ਇੱਕ ਵੱਡਾ ਮਿੱਟੀ ਵੱਡੀ ਤੇ ਮਿੱਟੀ ਛੋਟੀ ਕਿਹਨੇ ਲਿਖਿਆ ਬਾਬਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸਪੀਕਰਾਂ ਚ ਹੋ ਕੇ ਬੜੇ ਆ ਰਹੇ ਹੈ ਪਰ ਮੇਰੇ ਵਰਗਾ ਮੂਰਖ ਕਹਿੰਦਾ ਤੂੰ ਛੋਟਾ ਹੈ ਤੇ ਮੈਂ ਵੱਡਾ ਹੈ ਕਿਹਨੇ ਕਿਹਾ ਭਾਈ ਪਾੜੇ ਨੂੰ ਬਾਬਾ ਮਨ ਚਿਤ ਲਾ ਕੇ 1430 ਦੇ 1430 ਅੰਗ ਕੱਲਾ ਕੱਲਾ ਲਫ਼ਜ਼ ਖਪਾੜ ਖੋਲਦਾ ਜਦੋਂ ਪੜ੍ਹਦੇ ਹੈ ਪਰ ਇਹਨੂੰ ਆਪ ਦੀ ਬਣਾ ਕੇ ਪੜ੍ਹ ਲੈ ਕਿਸੇ ਦੀ ਨਾ ਸਮਝੀ ਇਹ ਬ੍ਰਾਹਮਣਾਂ ਦੀ ਵੀ ਹੈ ਇਹ ਜੱਟਾਂ ਦੀ ਵੀ ਹੈ ਇਹ ਮਜ਼ਹਬੀ ਸਿੱਖਾਂ ਦੀ ਵੀ ਹੈ ਇਹ ਚਮਿਆਰਾਂ ਦੀ ਵੀ ਹੈ ਇਹ ਨਾਈਆਂ ਦੀ ਵੀ ਹੈ ਇਹ ਜਲਾਹਾਂ ਦੀ ਵੀ ਹੈ ਇਹ ਸਭ ਦੀ ਹੋਈ ਆ ਬਾਬਾ ਗੁਰੂ ਗ੍ਰੰਥ ਸਾਹਿਬ ਵੰਡ ਕੇ ਬਹਿ ਗਏ ਆਪੋ ਆਪਣੀ ਬਾਣੀ ਕਹਿ ਗਏ ਆਪੋ ਆਪਣੀ ਬਾਣੀ ਕਹਿ ਗਏ
दस इन्हां नूं की दर्जा दईए भोले ने या फिर मूर्ख कहिए पाणी सब दी सांझिया ए पाणी पाणी तेरी भी है पाणी मेरी भी है पाणी सब दी सांझिया पाणी सब दी सांझिया इन्हें लुकया भी ना लुकना रौला दुनिया दारा दा नाल का मुकया भी ना मुकना वे सोना दुनिया दारा दा रावा दुनिया दारा दा बाल का मुकया भी ना मुकना वे रावा दुनिया दारा दा बाल का मुकया भी ना मुकना वे रावा दुनिया दारा दा बाल का मुकया भी ना मुकना 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 बाल का आप लवेड़ो ਇਹਨਾਂ ਗੱਲਾਂ ਨੂੰ ਬਾਬੇ ਉਹ ਵਿਚਾਰਿਓ ਜ਼ਰੂਰ ਇੱਥੇ ਜਿਹੜੇ ਮਸਲੇ ਦਿੰਦੇ ਆ ਨਾ ਐਕਚੁਅਲ 'ਚ ਇਹ ਮਸਲੇ ਹੈ ਨਹੀਂ ਹੈ ਇਹ ਮਸਲੇ ਹੈ ਨਹੀਂ ਹੈ ਜਿਹੜਾ ਗੁਰੂ ਦਾ ਸਿੱਖ ਹੈ ਨਾ ਸੱਚਾ ਸਿੱਖ ਹੈ ਸਿੱਖਣ ਵਾਲਾ ਸਿੱਖ ਹੈ ਜਿੱਥੋਂ ਮਰਜ਼ੀ ਸਿੱਖ ਲੈ ਸਿੱਖ ਦੀ ਇਹੀ ਡੈਫੀਨੇਸ਼ਨ ਹੈ ਸਿੱਖ ਕੋਈ ਇਹ ਨਹੀਂ ਹੈ ਸਾਰੇ ਸਿੱਖ ਹੀ ਅੱਜ ਜਿਹੜੇ ਸਿੱਖੀ ਜਾਂਦੇ ਆ ਬਸ ਸਿੱਖ ਸਹੀ ਕੋਈ ਗੱਲ ਸਿੱਖ ਸਹੀ ਚੰਗੀ ਸਭ ਨੂੰ ਪਿਆਰ ਕਰ ਕੋਈ ਆ ਕਿਹੜੀਆਂ ਜਾਤਾਂ ਪਤਾ ਉਹ ਬਾਬਾ ਬੰਦਾ ਰੱਬ ਦਾ ਭੇਜਿਆ ਹੋਇਆ ਬਸ ਉੱਥੋਂ ਹੀ ਆਏ ਆ ਇੱਥੇ ਉਹਦਾ ਨਾਮ ਜਪਣਾ ਹੈ ਅਤੇ ਵਾਪਸ ਉੱਥੇ ਜਾਣਾ ਹੈ ਕਿਸੇ ਨੇ ਨਹੀਂ ਪੁੱਛਣਾ ਤੂੰ ਕੌਣ ਹੈ ਜੱਟ ਕੇ ਕੌਣ ਹੈ ਸਭ ਇੱਥੇ ਖੱਬੀ ਖਾਣ ਖਾਲੀ ਹਾਥੀ ਗਏ ਆ ਇੱਥੋਂ ਸੋ ਇਸ ਕਰਕੇ ਪਿਆਰ ਕਰੀਏ ਬਾਬੇ ਸਭ ਇੱਕ ਦੂਜੇ ਨੂੰ ਸਤਿਕਾਰ ਕਰੀਏ ਇੱਕ ਦੂਜੇ ਦੀ ਹੈਲਪ ਕਰੀਏ ਮਦਦ ਕਰੀਏ ਜਿੰਨੀ ਕਰ ਸਕਦੇ ਹਾਂ ਆ ਜਾਓ ਗਾਉਣੇ ਆ ਜਾਂਦੇ ਜਾਂਦੇ ਪੰਜਾਬੀਆਂ ਦਾ ਲੋਕ ਗੀਤ ਛੱਲਾ ਇਹ ਛੱਲਾ ਨਾ ਉਹਨੋਂ ਖੇਵੇ ਪੁੱਤਰ ਮਿੱਠੜੇ ਮੇਵੇ ਧੀਆਂ ਸਭ ਨੂੰ ਦੇਵੇ ਇਹ ਗੱਲ ਸੁਣ ਛੱਲਿਆ ਕਾਵਾਂ ਵੇ ਮਾਵਾਂ ਠੰਡੀਆਂ ਛਾਵਾਂ ਆ ਜਾਓ ਬਾਬੇ ਛੱਲਾ ਹਾਂ ਟਿਕਟਾਂ ਇਸ ਤੋਂ ਬਾਅਦ ਉਹ ਗਾਉਣੇ ਆ ਉਹ ਵੀ ਲਾ ਦਿੰਦੇ ਉਹ ਵੀ ਲਾ ਦਿੰਦੇ ਲੈ ਬਾਬਾ ਛੱਲਾ ਛੇੜ ਵੇ ਛੱਲਾ 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 ਰਹਿ ਗਿਆ ਕੱਲਾ ਕੱਲਾ ਦੋ ਟਿਕਟਾਂ ਅੱਜ ਤੋਂ ਬਾਅਦ ਗਾਉਣੇ ਆ ਉਹ ਮੁੰਡੇ ਨੇ ਵੀ ਕਹਿਤਾ ਇਸ ਤੋਂ ਬਾਅਦ ਗਾਉਣੇ ਆ ਮੌਸਮ ਠੰਡਾ ਹੁਣ ਤਾਂ ਭਾਵੇਂ ਤਿੰਨ ਲੈ ਲਾ ਹੁਣ ਤਾਂ ਦੋਵਾਂ ਦੀ ਕੋਈ ਬਾਤ ਹੀ ਨਹੀਂ ਇਹ ਤੋਂ ਬਾਅਦ ਗਾਉਣੇ ਆ ਬੀਬੀ ਉਹ ਤੁਸੀਂ ਜਾਣਾ ਨਹੀਂ ਕੰਮਾਂ ਦਾ ਟਾਈਮ ਹੋ ਗਿਆ ਮੈਂ ਫਿਰ ਕਹਿੰਦਾ ਜਾਓ ਬੀਬੀਓ ਘਰਾਂ ਨੂੰ ਜਾਓ ਜਾ ਕੇ ਰੋਟੀਆਂ ਪਕਾਓ ਆਪਦੇ ਘਰ ਵਾਲਿਆਂ ਨੂੰ ਖਵਾਓ ਜੇ ਘਰ ਵਾਲਾ ਦਾਰੂ ਪੀ ਕੇ ਆਉਂਦਾ ਉਹਦੀ ਰੇਲ ਬਣਾਓ ਜੇ ਸੱਸ ਤੰਗ ਕਰਦੀ ਹੈ ਤਾਂ ਉਹਨੂੰ ਸੰਦੂਕ ਖੋਲੇ ਲੈ ਜਾਓ ਹਲਕੀ ਜੀ ਫੈਂਟੀ ਲਾਓ ਉਹ ਕਹਿੰਦੇ ਆ ਨਾ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਕੰਧ ਤੇ ਫੋਟੋ ਟੰਗੀ ਹੋਵੇ ਉਹ ਬੋਲੀ ਪਾਉਂਦੇ ਹੁੰਦੇ ਆ ਕਿਉਂ ਬਾਪੂ ਜੀ ਉਹ ਜਾ ਉਹ ਇੱਕ ਨੂੰ ਸੱਸਦੀ ਹੈ ਕਿ ਸੱਸ ਮੇਰੀ ਨੇ ਮੁੰਡੇ ਜੰਮੇ ਬਾਈ ਅੱਜ ਕੱਲ੍ਹ ਬਾਈ ਸੁਣ ਕੇ ਨਾ ਮੁੰਡਿਓ ਬੜਾ ਉਪਰਾ ਜਿਹਾ ਲੱਗਦਾ ਵੀ ਮੁੰਡੇ ਬਾਈ ਇਹ ਤਾਂ ਹੁਣ ਹੀ ਹੈ ਹਮ ਦੋ ਹਮਾਰੇ ਦੋ
ਆਪਣੇ ਦਾਦਿਆਂ ਨੂੰ ਪੁੱਛ ਕੇ ਦੇਖੋ, ਦਰਜਨ ਦਰਜਨ ਆਮ ਜੀ ਗੱਲ ਹੀ ਸੀ। ਜਿਹਨੂੰ ਮਰਜ਼ੀ ਪੁੱਛ ਲਾ, ਮੁਖਤਿਆਰ ਸਿੰਘ ਤੇਰੇ ਕਿੰਨੇ ਆ? ਮੇਰੇ 12। ਕਰਤਾਰ ਸਿੰਘ ਤੇਰੇ ਕਿੰਨੇ ਆ? ਯਾਰ ਮੈਂ ਫੌਜ 'ਚ ਸੀ, ਮੇਰੇ 11 ਰਹਿ ਗਏ। ਤਾਂ ਪਹਿਲਾਂ ਤਾਂ ਆਮ ਜੀਆਂ ਗੱਲਾਂ ਹੀ ਸੀ ਯਾਰ, 12-12 ਜਵਾਕ। ਮੇਰੇ ਭਾਪੇ ਹੋਣੀ ਦੇਖ ਲਾ ਤੂੰ, 7 ਮੇਰੇ ਪਿਓ ਹੋਣੀ ਭਰਾ ਹੈਗੇ ਆ, ਅਜੇ 2 ਚਲੇ ਗਏ, 9 ਤੇ 1 ਮੇਰੀ ਭੂਆ, 10 ਤਾਂ ਸਾਡੇ ਹੀ ਹੈ। ਤਾਂ ਸੱਸ ਮੇਰੀ ਨੇ ਮੁੰਡੇ ਜੰਮੇ ਬਾਈ, ਅੱਧਿਆਂ ਦੇ ਤਾਂ ਲਾਉਂਦੀ ਟੀਕੇ, ਅੱਧਿਆਂ ਨੂੰ ਦੇਵੇ ਦਵਾਈ, ਸੌਂਜਾ ਚੁੱਪ ਕਰਕੇ ਮਾਣੋ ਬਿੱਲੀ ਆਈ। ਉਹ ਚੌਲਾਂ ਦਾ ਪ੍ਰਸ਼ਾਦ ਖਾ ਲਓ ਭਾਈ। ਲੈ ਬਾਬਾ ਛੱਲਾ ਆ ਜਾਓ, ਛੱਲਾ ਗਾਉਣੇ ਆ। ਮੰਡਾਲੀ ਸ਼ਰੀਫ ਵਾਲੇ ਬਾਬਾ ਜੀ ਜੀ ਬੜੀ ਮਿਹਰਬਾਨੀ, ਇੱਕ ਵਾਰੀ ਸੱਜਣੋ ਤਾੜੀਆਂ ਮਾਰ ਦਿਓ ਇਹਨਾਂ ਫਕੀਰਾਂ ਵਾਸਤੇ, ਬੜੀ ਮਿਹਰਬਾਨੀ ਜੀ ਆਇਆਂ ਨੂੰ। ਆ ਜਾਓ ਬਾਬਾ ਛੱਲਾ। ਮੈਂ ਕਰਦੀ ਨੀ ਮੈਂ ਕਰਦੀ ਹੀਰੇ ਨੀ, ਇੱਕ ਦਿਨ ਤੁਰ ਜਾਏਗੀ, ਤੋਰਨਗੇ ਪੈਣਾ ਵੀਰੇ, ਤੋਰਨਗੇ ਪੈਣਾ ਵੀਰੇ, ਨੀ ਤੇਰੇ ਬਨ ਕੇ ਸ਼ਗਨ ਕਲੀਰੇ, ਨੀ ਇੱਕ ਦਿਨ ਤੁਰ ਜਾਏਗੀ। ਮੈਂ ਕਰਦੀ ਹੀਰੇ ਨੀ ਇੱਕ ਦਿਨ ਤੁਰ ਜਾਏਗੀ, ਸਦਾ ਨਾ ਬੈਠੀ ਰਹਿਣਾ ਨੀ ਪੇਕੇ, ਦੇਣੇ ਪੈਣੇ ਖਸਮ ਨੂੰ ਲੇਖੇ, ਨੀ ਭੈਣੇ ਸਦਾ ਨਾ ਬੈਠੀ ਰਹਿਣਾ ਨੀ ਪੇਕੇ, ਦੇਣੇ ਪੈਣੇ ਖਸਮ ਨੂੰ ਲੇਖੇ। ਇਹ ਬੜੇ ਮਾਮਲੇ ਭੀੜੇ ਨੀ, ਬੜੇ ਮਾਮਲੇ ਭੀੜੇ ਨੀ, ਇੱਕ ਦਿਨ ਤੁਰ ਜਾਏਗੀ। ਖਾਲੀ ਹੱਥੀਂ ਆਈ ਤੇ ਖਾਲੀ ਮੁੜ ਜਾਏਗੀ,